Satnam Shri Vahe Guru Sahibji Gyan Dhyan Kich Karun Na Jana Saar Na Jana Teri Sabte Vata Satguru Nanak Jin Chal Rakhi ਬਾਣੀ ਬਿਰਲਾ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਸਾ ਹੋਏ ਹੋਵੇ ਸਿਮਤ ਪ੍ਰਸੰਗ ਜੀ ਗੁਰਿਆ ਸੋ ਪ੍ਰਸੋ ਜਤਿਆਏ ਤੁਧ ਦਿਖੇ ਸੱਚੇ ਪਾਤਸ਼ਾਹ ਮਨ ਜਨ ਜਨ ਕਟਿਆਨ ਤੁਧ ਦਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਲਈ ਕਟਿਆਨ ਸ਼੍ਰੀ ਵਾਹਿਗੁਰੂ ਜੀ ਸੋਰਠ ਮਹਲਾ ਮਨ ਰੇ ਕੌਣ ਕੁਮਤ ਤੈ ਲੀਨੀ ਪਰ ਦਾਰਾ ਨਿੰਦਿਆ ਰਸ ਚਿਓ ਰਾਮ ਭਗਤ ਨੈ ਕੀਨੀ ਰਹਾਉ ਮਨ ਰੇ ਕੌਣ ਕੁਮਤ ਤੈ ਲੀਨੀ ਪਰ ਦਾਰਾ ਨਿੰਦਿਆ ਰਸ ਚਿਓ ਰਾਮ ਭਗਤ ਨੈ ਕੀਨੀ ਰਹਾਉ ਮੁਕਤ ਪੰਥ ਜਾਣਿਓ ਤੈ ਨਾਹਨ ਤਨ ਜੋਰਨ ਕੋ ਧਾਇਆ ਅੰਤ ਸੰਗ ਕਾਹੂ ਨਿੰਦਿਨਾ ਬਿਰਥਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨੈ ਉਪਜੋ ਕਛ ਗਿਆਨਾ ਕਟ ਹੀ ਮਹ ਨਿਰੰਜਨ ਤੇਰੇ ਤੈ ਖੋਜਤ ਉਦਿਆਨਾ ਬਹੁਤ ਜਨਮ ਪਰਮਤ ਤੈ ਹਾਰਿਓ ਅਸਥਿਰ ਮਤ ਨੀ ਪਾਈ ਮਾਨਸ ਦੇ ਪਾਏ ਪਦ ਹਰ ਪਜ ਨਾਨਕ ਬਾਤ ਬਤਾਈ ਬਹੁਤ ਜਨਮ ਪਰਮਤ ਤਿਹਾਰਿਓ ਅਸਥਿਰ ਮਤ ਨੀ ਪਾਈ ਮਾਨਸ ਦੇ ਪਾਏ ਪਰ ਹਰ ਪਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਕਾਲਿਓ ਗੁਰੂ ਸਤਿ ਸਿੰਘ ਜੀਓ ਸਤਿਗੁਰੂ ਜੀ ਦੇ ਹੁਕਮਨਾਮੇ ਦੇ ਰੂਪ ਵਿੱਚ ਆਪਣੇ ਜੋ ਅਸੀਂ ਸਰਨ ਕੀਤੇ ਹਨ ਨੌਵੇਂ ਪਾਤਸ਼ਾਹ ਨੌਵੇਂ ਨਾਨਕ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸੋਰਠ ਰਾਗ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪੰਨਾ 631 ਅਤੇ 32 ਉੱਪਰ ਅੰਕਿਤ ਹਨ ਸ਼ਬਦ ਦਾ ਮੈਸੇਜ ਇਹ ਹੈ ਕਿ ਅਸੀਂ ਆਪਣੇ ਮਨ ਦੀ ਖੋਜ ਕਰੀਏ ਸਾਡਾ ਮਨ ਸਾਨੂੰ ਜੀਵਨ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਵਾਲੇ ਪਾਸੇ ਲਿਜਾ ਰਿਹਾ ਖੋਜ ਕਰਾਂਗੇ ਤਾਂ ਪਤਾ ਲੱਗੇਗਾ ਕਿ ਮਨ ਪੁੱਠੇ ਪਾਸੇ ਵੱਲ ਜ਼ਿਆਦਾ ਦੌੜਦਾ ਹੈ ਮਾੜੀਆਂ ਗੱਲਾਂ ਵੱਲ ਜ਼ਿਆਦਾ ਦੌੜਦਾ ਹੈ ਮਹਾਰਾਜ ਜੀ ਸਾਨੂੰ ਸਮਝਾ ਰਹੇ ਹਨ ਕਿ ਭਾਈ ਇਹ ਮਨੁੱਖਾ ਜਨਮ ਅਮੋਲਕ ਤੈਨੂੰ ਮਿਲਿਆ ਹੈ ਇਸ ਕਰਕੇ ਇਸ ਮਨ ਨੂੰ ਕਾਬੂ ਵਿੱਚ ਕਰ
ਤੇ ਇਸ ਮਨ ਨੂੰ ਉਸ ਪਾਸੇ ਵੱਲ ਲਗਾ ਜਿਸ ਵਾਸਤੇ ਤੈਨੂੰ ਇਸ ਸੰਸਾਰ ਵਿੱਚ ਭੇਜਿਆ ਹੈ। ਨਾਲੇ ਇਹਨੂੰ ਕਹੋ ਕਿ ਹੇ ਮੇਰੇ ਮਨ, ਤੂੰ ਕਿਉਂ ਪੁੱਠੀਆਂ ਗੱਲਾਂ ਕਰਦਾ ਹੈ, ਕਿਉਂ ਖੋਟੇ ਕੰਮ ਕਰਦਾ ਹੈ, ਇਹਨੂੰ ਸਮਝਾਓ, ਇਹਨੂੰ ਐਡਰੈਸ ਕਰੋ। ਸ਼ਬਦ ਦੀਆਂ ਪਹਿਲੀਆਂ ਹੀ ਪੰਕਤੀਆਂ ਰਹਾਓ ਦੀਆਂ ਹਨ, ਜਿਨ੍ਹਾਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ। ਸਤਿਗੁਰੂ ਜੀ ਹੁਕਮ ਕਰ ਰਹੇ ਹਨ, ਮਨ ਰੇ ਕੌਣ ਕੁਮਤ ਤਰਨੀ, ਹੇ ਮੇਰੇ ਮਨ ਤੂੰ ਕਿਹੜੀ ਕੁਮਤ, ਪੁੱਠੀ ਮਤ, ਖੋਟੀ ਮਤ ਗ੍ਰਹਿਣ ਕਰ ਲਈ ਹੈ, ਅਪਣਾ ਲਈ, ਕਿਉਂਕਿ ਤੂੰ ਜਿਹੜੇ ਕੰਮ ਕਰ ਰਿਹਾ ਹੈ ਉਹਨਾਂ ਤੋਂ ਇਹ ਚੀਜ਼ ਪ੍ਰਗਟ ਹੋ ਰਹੀ। ਕੀ ਕੰਮ ਕਰ ਰਿਹਾ ਹੈ? ਮਹਾਰਾਜ ਕਹਿੰਦੇ ਨੇ, ਪਰਦਾੜਾ ਨਿੰਦਿਆ ਰਸ ਰਚਿਆ, ਤੇਰੇ ਵਿੱਚ ਦੋ ਬੜੀਆਂ ਵੱਡੀਆਂ ਕਮਜ਼ੋਰੀਆਂ ਨੇ। ਇੱਕ ਤਾਂ ਤੂੰ ਪਰਾਈਆਂ ਇਸਤਰੀਆਂ ਦੀਆਂ ਗੱਲਾਂ ਕਰਕੇ ਖੁਸ਼ ਹੁੰਦਾ ਹੈ, ਇਹਦੇ 'ਚ ਸਵਾਦ ਲੈਂਦਾ। ਦੂਜਾ ਨਿੰਦਿਆ ਕਰਕੇ, ਚੂਲੀ ਕਰਕੇ ਤਾਂ ਤੈਨੂੰ ਸਵਾਦ ਆਉਂਦਾ ਹੈ, ਇਹ ਪੁੱਠੇ ਪਾਸੇ ਤੂੰ ਲੱਗਿਆ ਹੋਇਆ। ਤੇ ਜਿਹੜਾ ਕੰਮ ਕਰਨਾ ਸੀ ਉਹ ਕੀਤਾ ਨਹੀਂ, ਉਹ ਕੰਮ ਕਿਹੜਾ ਸੀ? ਮਹਾਰਾਜ ਜੀ ਕਹਿ ਰਹੇ ਨੇ, ਰਾਮ ਭਗਤ ਨਹਿ ਕੀਨੀ, ਰਾਮ ਦੀ ਉਸ ਵਾਹਿਗੁਰੂ ਦੀ ਅਕਾਲ ਪੁਰਖ ਦੀ ਬੰਦਗੀ ਨਹੀਂ ਕੀਤੀ, ਭਗਤੀ ਨਹੀਂ ਕੀਤੀ, ਪੁੱਠਿਆਂ ਕੰਮਾਂ ਵੱਲ ਪੈ ਗਿਆ, ਪੁੱਠੀ ਮਤ ਪੈ ਗਈ। ਰਹਾਓ ਮੁਕਤ ਪੰਥ ਜਾਣਿਓ ਤੈਨਾ ਹਨ, ਤੇਰਾ ਨਿਸ਼ਾਨਾ ਸੀ ਕਿ ਮਨੁੱਖਾ ਜੀਵਨ ਵਿੱਚ ਆ ਕੇ ਤੂੰ ਇਹੋ ਜਿਹੇ ਕੰਮ ਕਰੇਗਾ, ਭਗਤੀ ਕਰੇਗਾ, ਬੰਦਗੀ ਕਰੇਗਾ, ਜਿਹਦੇ ਨਾਲ ਤੂੰ ਮੁਕਤ ਹੋ ਜਾਏਗਾ, ਆਵਾਗੋਣ ਦੇ ਚੱਕਰ ਤੋਂ ਛੁੱਟ ਜਾਏਗਾ। ਪਰ ਉਸ ਪੰਥ ਤੇ, ਉਸ ਰਸਤੇ ਤੇ ਤੂੰ ਨਹੀਂ ਚੱਲੇ। ਮੁਕਤ ਪੰਥ ਜਾਣਿਓ ਤੈਨਾ ਹਨ, ਉਹਨੂੰ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿ ਠੀਕ ਮਾਰਗ ਕਿਹੜਾ ਤੇ ਕੰਮ ਕੀ ਕੀਤਾ ਹੈ। ਮਹਾਰਾਜ ਜੀ ਕਹਿ ਰਹੇ ਨੇ, ਧਨ ਜੋੜਨ ਕੋ ਥਾਇਆ, ਪੈਸੇ ਇਕੱਠੇ ਕਰਦੇ ਲੱਗਿਆ ਹੋਇਆ, ਧਨ ਇਕੱਠਾ ਕਰਦੇ ਲੱਗਿਆ ਹੋਇਆ, ਪੁੱਠੇ ਕੰਮ ਕਰ ਰਿਹਾ ਹੈ, ਸਿੱਧੇ ਪਾਸੇ ਨਹੀਂ ਜਾ। ਹੇ ਮੂਰਖ ਮਨ ਸਮਝ, ਅੰਤ ਸੰਗ ਕਾਹੂ ਨਹੀਂ ਦੀਨਾ, ਜਿਨ੍ਹਾਂ ਚੀਜ਼ਾਂ ਵਿੱਚ ਤੂੰ ਗੁਆਚਿਆ ਹੈ ਇਹਨਾਂ ਨੇ ਆਖਰ ਤੇਰਾ ਸਾਥ ਨਹੀਂ ਦੇਣਾ। ਬਿਰਥਾ ਆਪ ਬੰਧਾਇਆ, ਤੂੰ ਬਿਰਥਾ ਹੀ ਬੇਅਰਥ ਹੀ ਇਹਨਾਂ ਦੇ ਨਾਲ ਆਪਣੇ ਆਪ ਨੂੰ ਬੰਨ ਲਿਆ ਹੈ, ਜੋੜ ਲਿਆ ਹੈ, ਇਸ ਕਰਕੇ ਇਹਨਾਂ ਨੂੰ ਛੱਡਦਾ ਤਾਂ ਤੇਰਾ ਛੁਟਕਾਰਾ ਹੋ। ਹੇ ਮਨ, ਮਨ ਜੀ ਹੋਰ ਮਨ ਨੂੰ ਐਡਰੈਸ ਕਰ ਰਹੇ ਹਨ, ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਨਾ ਵਾਹਿਗੁਰੂ ਦਾ ਭਜਨ ਕੀਤਾ ਹੈ, ਬੰਦਗੀ ਕੀਤੀ ਹੈ, ਨਾ ਗੁਰੂ ਦੀ ਸੇਵਾ ਕੀਤੀ ਹੈ, ਨਾ ਗੁਰੂ ਦੇ ਸੇਵਕਾਂ ਦੀ ਸੇਵਾ ਕੀਤੀ ਹੈ, ਤੂੰ ਸੇਵਾ ਤੋਂ ਟੁੱਟ ਗਿਆ। ਨੈ ਉਪਜੋ ਕਛ ਗਿਆਨਾ, ਤੇਰੇ ਮਨ ਵਿੱਚ ਗਿਆਨ ਵੀ ਪੈਦਾ ਨਹੀਂ ਹੋਇਆ, ਤੂੰ ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਂ ਖਾਂਦਾ ਫਿਰਦਾ ਹੈ। ਘੱਟ ਹੀ ਮਾਹੇ ਨਿਰੰਜਨ ਤੇਰੇ, ਅੰਤਰਮੁਖੀ ਹੋ ਕੇ ਸੋਚ, ਉਹ ਨਿਰੰਜਨ ਮਾਇਆ ਤੋਂ ਨਿਰਲੇ ਵਾਹਿਗੁਰੂ ਦੀ ਜੋਤ ਤੇਰੇ ਅੰਦਰ ਜਲ ਰਹੀ, ਪਰ ਤੂੰ ਕੀ ਕਰ ਰਿਹਾ ਹੈ? ਤੂੰ ਪੁੱਠੇ ਪੁੱਠੇ ਕੰਮ ਕਰ ਰਿਹਾ ਹੈ। ਤੈ ਖੋਜਤ ਉਦਿਆਨਾ, ਤੂੰ ਉਜਾੜਾਂ ਵਿੱਚ, ਜੰਗਲਾਂ ਵਿੱਚ ਜਾ ਕੇ ਉਹਦੀ ਖੋਜ ਕਰ ਰਿਹਾ ਹੈ, ਇਹ ਤੂੰ ਪੁੱਠਾ ਕੰਮ ਕਰ ਰਿਹਾ ਹੈ। ਅੰਦਰ ਵੱਲ ਝਾਕਣ ਦੀ ਕੋਸ਼ਿਸ਼ ਕਰ, ਆਪਣੀ ਜੋਤ ਦੇ ਨਾਲ ਜੋ। ਆਖਰੀ ਪੰਕਤੀਆਂ ਵਿੱਚ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ, ਇਹ ਮਨੁੱਖਾ ਜਨਮ ਬਹੁਤ ਅਨਮੋਲ ਸਾਨੂੰ ਮਿਲਿਆ, ਔਰ ਇਹਦਾ ਲਾਭ ਉਠਾਉਣਾ ਹੈ, ਜਿਸ ਕੰਮ ਲਈ ਇਹ ਮਿਲਿਆ ਹੈ ਉਹ ਕੰਮ ਕਰਨਾ ਹੈ। ਬਹੁਤ ਜਨਮ ਪਰਮਤ ਤਿਨਹਾਰਿਓ, ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਮਹਾਰਾਜ ਕਹਿੰਦੇ ਨੇ, ਬੜੇ ਹੀ ਜਨਮ ਤੋਂ ਭਟਕਦਾ ਰਿਹਾ ਹੈ, ਕਦੇ ਕਿਤੇ ਕਦੇ ਕਿਤੇ, ਪਰ ਤੂੰ ਸਥਿਰ ਨਹੀਂ ਹੋ ਸਕਿਆ, ਤੇਰੇ ਵਿੱਚ ਟਿਕਾ ਨਹੀਂ ਆ ਸਕਿਆ, ਵਿਸਰਾਮ ਨਹੀਂ ਆ ਸਕਿਆ। ਬਹੁਤ ਜਨਮ ਪਰਮਤ ਤਿਹਾਰਿਓ, ਅਸਥਿਰ ਮਤ ਨਹੀਂ ਪਾਈ, ਸਥਿਰਤਾ ਵਾਲੀ ਬੁੱਧੀ ਨਹੀਂ ਪਾਈ, ਖੋਟੇ ਕੰਮਾਂ ਵਾਲੀ ਬੁੱਧੀ ਪ੍ਰਾਪਤ ਕਰ ਲਈ।
ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਸੁਣ, ਤੈਨੂੰ ਗੁਰੂ ਨਾਨਕ ਦਾ ਉਪਦੇਸ਼ ਕੀ ਹੈ ਤੈਨੂੰ ਸੁਣ। ਮਾਨਸ ਦੇ ਪਾਏ ਪਦ ਹਰ ਪਜ। ਮਹਾਰਾਜ ਜੀ ਕਹਿੰਦੇ ਨੇ ਕਿ ਇਹ ਮਨੁੱਖਾ ਦੇਹੀ ਜੋ ਮਿਲੀ ਹੈ, ਇਹ ਤੈਨੂੰ ਅਨਮੋਲ ਪਦਵੀ ਮਿਲ ਗਈ। ਬੜੇ ਚੰਗੇ ਪਾਤਸ਼ਾਹ ਤੈਨੂੰ ਇਹ ਦੇਹੀ ਮਿਲੀ ਹੈ। ਇਸ ਦੇਹੀ ਦਾ ਜੋ ਮਨੋਰਥ ਹੈ ਉਹ ਹੈ ਹਰੀ ਦਾ ਭਜਨ ਕਰਨਾ। ਹਰ ਪਜ ਨਾਨਕ ਬਾਤ ਬਤਾਈ। ਤੈਨੂੰ ਨਾਨਕ ਜੀ ਇਹ ਬਾਤ, ਇਹ ਗੱਲ, ਇਹ ਜ਼ਿੰਦਗੀ ਦਾ ਭੇਦ ਦੱਸ ਰਹੇ ਹਨ ਕਿ ਜ਼ਿੰਦਗੀ ਦਾ ਮਨੋਰਥ ਨਾਮ ਸਿਮਰਨ ਅਤੇ ਬੰਦਗੀ ਹੈ। ਜ਼ਿੰਦਗੀ ਦਾ ਮਨੋਰਥ ਖੋਟੀਆਂ ਚੀਜ਼ਾਂ ਤੋਂ ਬਚਣਾ ਹੈ, ਸੱਚ ਵੱਲ ਵਧਣਾ ਹੈ। ਸਤਸੰਗ ਸਤਿਗੁਰੂ ਜੀ ਦੇ ਇਹ ਉਪਦੇਸ਼ ਸੁਣ ਕੇ ਅਸੀਂ ਵੀ ਯਤਨ ਕਰੀਏ ਕਿ ਖੋਟੀਆਂ ਗੱਲਾਂ ਤੋਂ, ਕੁਮੱਤ ਤੋਂ ਬਚੀਏ, ਚੰਗੀ ਮੱਤ ਵੱਲ ਜਾਈਏ ਅਤੇ ਇਸ ਮਨੁੱਖਾ ਜਨਮ ਦਾ ਜੋ ਮਨੋਰਥ ਹੈ, ਭਗਤੀ ਕਰਕੇ, ਬੰਦਗੀ ਕਰਕੇ, ਬਾਣੀ ਪੜ੍ਹ ਕੇ, ਨਾਮ ਸਿਮਰਨ ਕਰਕੇ ਉਸ ਨੂੰ ਪ੍ਰਾਪਤ ਕਰਨ ਦਾ ਯਤਨ ਕਰੀਏ। ਸਤਿਗੁਰੂ ਕਿਰਪਾ ਕਰਨ ਸਾਨੂੰ ਇਹਨਾਂ ਚੀਜ਼ਾਂ ਦੀ ਸਮਝ ਆਵੇ ਅਤੇ ਇਹ ਅਵਸਥਾ ਪ੍ਰਾਪਤ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਤਨਾਮ ਜਪੋ, ਸਤਨਾਮ ਸਤਨਾਮ ਖਾਲਸਾ।